ਇਹਦਾ ਦੇਖਦੇ ਓਪਨ ਲਓ ਬਾਬਾ ਜੀ। ਚੱਕਰ ਹੁਣ ਇਹ ਆ ਕਿ ਆਪਣੀ ਨਾ ਇਹਦੀ ਆਹ ਵਾਲੀ ਗੱਡੀ ਦੀਆਂ ਮੋਹਰਲੀਆਂ ਜਿਹੜੀਆਂ ਲਾਈਟਾਂ ਆ ਉਹ ਕਿਤੇ ਨਾ ਹੁਣ ਲੈਕ ਕਰ ਰਹੀਆਂ ਆ। ਮੇ ਵੀ ਪਤਾ ਨਹੀਂ ਕਿਉਂ, ਸ਼ਾਇਦ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆ ਜਿਹੜੇ ਕੰਪਨੀ 'ਚੋਂ ਬਲਬ ਆਉਂਦੇ ਆ ਉਹ ਆਉਂਦੇ ਆ 35-35 ਵਾਟ ਦੇ ਮੈਕਸੀਮਮ। ਥੱਲੇ ਫੋਗ ਲੈਂਪਾਂ 'ਚ ਵੀ ਹੋ ਗਿਆ, ਉੱਤੇ ਵੀ ਹੋ ਗਿਆ, ਉੱਤੇ ਵੀ ਹੋ ਗਿਆ। ਸੋ ਆਪਾਂ ਹੁਣ 35 ਵਾਟ ਤੋਂ 300 ਵਾਟ ਪਾਉਣ ਲੱਗੇ ਹਾਂ। 300 ਵਾਟ ਬਲਬ ਵਿੱਚ ਮੋਡੀਫਿਕੇਸ਼ਨਾਂ ਦੇ ਮੋਡੀਫਿਕੇਸ਼ਨਾਂ ਆ ਗਈਆਂ, ਆਹ ਕਰੋ ਚੈੱਕ ਆ ਗਈਆਂ। 300 ਵਾਟ ਪਾਉਣ ਲੱਗੇ ਹਾਂ ਬਾਬਾ ਜੀ, 300 ਵਾਟ ਭੈਣ ਚੋ ਦੈਨੀ ਚੜ੍ਹਾ ਦੇਣਾ, ਦੈਨੀ 900 ਵਾਟ ਹਾਂ ਸਤਾਲ ਭੈਣ ਚੋ ਆਪੇ ਹਿਸਾਬ ਲਾ ਲਓ ਕਿੱਥੇ 35 ਵਾਟ 35 ਕਿੱਥੇ 300 ਹਿਸਾਬ ਲਾ ਲਓ। ਗਦਰ ਮਚਾ ਦੇਣਾ ਲਾਈਟਾਂ ਦੇ, ਇਹ ਇੱਕ ਇੱਕ ਲਾਈਟ ਹੀ ਲੱਗੀ ਹੋਵੇ ਬਹੁਤ ਆ, ਮੈਂ 3-3 ਲਾਉਣ ਲੱਗਾ, 6 ਲਾਈਟਾਂ ਟੋਟਲ। ਮਤਲਬ ਇੱਕ ਜੋੜੀ ਲੱਗੀ ਹੋਵੇ ਉਹੀ ਐਂਡ ਆ ਅਤੇ ਆਪਾਂ 3 ਜੋੜੀਆਂ ਲਾਉਣ ਲੱਗੇ, ਮਤਲਬ 6 ਲਾਈਟਾਂ। ਗਦਰ ਮਚਾ ਦੇਣਾ ਗਦਰ ਲਾਈਟ ਲਾਈਟ ਨਾਲ, ਕਿਉਂਕਿ ਹੁਣ ਇਹਦੀ ਲਾਈਟ ਥੋੜ੍ਹੀ ਡਿਮ ਹੋ ਗਈ ਆ ਬਾਕੀ ਆਪਣੀ ਗੱਡੀਆਂ ਦੇ ਹਿਸਾਬ ਨਾਲ। ਆਹ ਕਰੋ ਚੈੱਕ, 3 ਆ ਗਈਆਂ ਕਿੱਟਾਂ ਪੂਰੀਆਂ ਸੀਲਡ। ਬਣੂਗਾ ਲਾਉਣ। ਲਓ ਬਾਬਾ ਜੀ ਪੈਣ ਲੱਗਿਆ ਅਸਲੀ ਹਥਿਆਰ, ਇਹਨਾਂ ਨੂੰ ਲੱਗਦਾ ਚਲਾਨ ਵੀ ਹੈ, ਇਹਨਾਂ ਚਲਾਨ ਵੀ ਹੈ ਨਾ ਉੱਥੋਂ ਚੰਡੀਗੜ੍ਹ ਤੇ ਲੈ ਕੇ ਨਹੀਂ ਜਾਣੀ ਇਹ, ਨਵੀਆਂ ਲੈ ਜਾਣੀਆਂ। ਇਹਦੀ ਤਾਂ ਲੋਕਲ ਹੀ ਲਾਈਟ ਦੀ ਲੋੜ ਆ, ਐਂ ਜੋ ਦੋਨਾਂ ਹੀ ਫੋਗ ਲੈਂਪਾਂ 'ਚ ਪਾਣੀ ਪਿਆ ਹੋਇਆ, ਇਹ ਸਾਲਾ ਕਿੱਦਾਂ ਪੈ ਗਿਆ, ਹੁਣੇ ਤਾਂ ਹਲੇ ਲਵਾਈਆਂ ਆ। ਲਓ ਬਾਬਾ ਜੀ ਆ ਗਿਆ ਛਾ ਗਿਆ ਸੋਨੂੰ ਕਸਟਮ ਕਰੇਜ ਵਾਲਾ ਛਾ ਗਿਆ ਕਹਿੰਦੇ, ਇੱਦਾਂ ਕਹੀ ਹੋਵੇ। ਉਹ ਕਿਹੜਾ ਆ ਉਹ ਉੱਥੇ ਵਾਲਾ ਅੰਬਰਸਰ ਵਾਲਾ ਕਿਹੜਾ, ਉਹ ਸੋਇਆ ਪਨੀਰ ਵਾਲਾ, ਹੀਰਾ ਪਨੀਰ ਵਾਲਾ ਹੀ ਛਾ ਗਿਆ, ਆ ਗਿਆ ਆ ਗਿਆ ਹੀਰਾ, ਛਾ ਗਿਆ ਹੀਰਾ, ਲਾਈਟਾਂ ਲਾ ਗਿਆ ਹੀਰਾ, ਲਾਈਟਾਂ ਲਾ ਗਿਆ ਹੀਰਾ, ਉਹ ਸਦਾਈ ਆ ਇੱਕ ਨੰਬਰ ਆ ਪਾਤਾ ਜੀ ਪਿਆਰ, ਆ ਪਾਤੀ 10 ਨੰਬਰ ਆ ਕਸਤੀ ਲਾਈਟ। ਚਲੋ ਗੁੱਡ ਲੁੱਕ ਹੋ ਗਈ ਭੈਣ ਚੋ, ਗੱਡੀਆਂ ਤਾਂ ਭੈਣ ਚੋ ਰਾੜੀਆਂ ਬਣਾ ਕੇ ਰੱਖਣੀਆਂ ਹੁੰਦੀਆਂ ਯਾਰ। ਰਬੜ ਢਿੱਲੀ ਆ, ਰਬੜ ਢਿੱਲੀ ਆ, ਰਬੜ ਥੱਲੇ ਵੀ ਢਿੱਲੀ ਸੀਗੀ ਯਾਰ, ਜ਼ੋਰ ਨਾ ਮਾਰ। ਇਹ ਮੈਂ ਇੱਕ ਦਿਨ ਮੰਮੀ ਦੇਖੀ ਸੀਗੀ, ਨਹੀਂ ਤੂੰ ਬਾਹਰਲੇ ਪਾਸੇ ਲਾਈ ਆ, ਨਹੀਂ ਸਹੀ ਲੱਗੀ ਆ ਯਾਰ, ਲੱਗੀ ਤਾਂ ਸਹੀ ਆ। ਇੱਕ ਇਹ ਦੇਖੀਏ ਯਾਰ, ਉਹ ਗੈਪ ਰਹਿੰਦਾ ਭੈਣ ਚੋ ਯਾਰ। ਅੱਗੇ ਉਦਣ ਮੈਂ ਇਹ ਸੈੱਟ ਕੀਤਾ ਵੀ ਸੀਗਾ, ਮੈਂ ਕੀਤਾ ਵੀ ਆ ਸਹੀ ਯਾਰ, ਇੱਕ ਦਿਨ ਮੈਂ ਕੀਤੀ ਵੀ ਆ ਸਹੀ, ਮੈਨੂੰ ਹਾਲੇ ਤੱਕ ਯਾਦ ਆ। ਉਦਣ ਗੈਪ ਰਹਿਣਾ ਬੰਦ ਹੋ ਗਿਆ ਸੀ, ਲੱਗਣਾ ਵੀ ਇੱਥੇ ਹੀ ਆ, ਪਤਾ ਨਹੀਂ ਯਾਰ ਇਹ ਉਦਣ ਠੀਕ ਹੋ ਵੀ ਗਿਆ ਸੀ ਯਾਰ, ਮੈਨੂੰ ਯਾਦ ਆ ਹਾਲੇ ਵੀ, ਮੈਨੂੰ ਹਾਲੇ ਵੀ ਯਾਰ 2 ਮਿੰਟ। ਆਹ ਮੈਨੂੰ ਲੱਗਦਾ ਥੱਲੇ ਉਹ ਸੈਟਿੰਗ ਕਰਨ ਵਾਲੀ ਆ, ਥੱਲੇ ਉਹ ਬਾਹਰ ਰਹਿੰਦੀ ਆ ਪਹਿਲਾਂ, ਚਲੋ ਪਹਿਲਾਂ ਕਰ ਲਈਏ। ਲਓ ਬਾਬਾ ਜੀ ਵਨ ਆਫ ਮਾਈ ਫੇਵਰੇਟ ਓਬਰਾਏ,
ਪਤਾ ਨਹੀਂ ਯਾਰ ਬਰੋਏ ਵਾਲਿਆਂ ਦਾ ਕੀ ਸਿਸਟਮ ਆ, ਜੋ ਕਪੂਰਥਲੇ ਮਿਲਦਾ ਉਹੀ ਜਲੰਧਰ ਮਿਲਦਾ, ਉਹੀ ਇੱਥੇ ਮਿਲਿਆ। ਸੇਮ ਟੇਸਟ, ਸੇਮ ਛੋਲੇ, ਸੇਮ ਹੀ ਭਟੂਰੇ, ਸੇਮ ਹੀ ਆਲੂ, ਸੇਮ ਹੀ ਸਲਾਦ। ਪਤਾ ਨਹੀਂ ਸਾਲਾ ਮਤਲਬ ਕਿੱਥੋਂ ਇਹਨਾਂ ਦੀ ਰੈਸਪੀ ਸੈੱਟ ਹੋਈ ਆ ਕਿ ਮਤਲਬ ਉਹ ਸੇਮ ਹੀ ਰਹਿਣਾ ਆ ਸਾਰੇ ਪਾਸੇ, ਅਤੇ ਆਉਂਦਾ ਵੀ ਸੇਮ ਹੀ ਆ ਟਾਈਮ 'ਤੇ, 10 ਮਿੰਟ 'ਚ ਆ ਜਾਂਦਾ, ਜ਼ਿਆਦਾ ਟਾਈਮ ਨਹੀਂ, 10 ਮਿੰਟ 'ਚ ਪਹੁੰਚਾ ਜਾਂਦਾ, ਭੁੱਖ ਲੱਗੀ ਹੁੰਦੀ ਆ, ਇੰਸਟੈਂਟ ਔਡਰ ਆ ਜਾਂਦਾ। ਬਾਬਾ ਜੀ ਚੈੱਕ ਕਰੋ, ਫੈਨ ਲੱਗਾ ਕੱਚ ਲਾਈਟ 'ਚ। ਓ ਮੈਨ, ਆਹ ਪਹਿਲੀ ਲਾਈਟ ਦੇਖੀ ਆ ਜਿਹੜੀ ਨਾਲ ਨਾਲ ਠੰਡੀ ਕਰਨ ਲਈ ਰੈਡੀਰੇਟਰ ਵੀ ਲੱਗਾ ਆ। ਮਗਰ ਕਿਆ ਥਿਊਰੀ ਲਈ ਆ, ਨਾਲੇ ਇੱਕ ਆਹ ਵੀ ਲੱਗਾ ਆ ਅਤੇ ਨਾਲ ਆਹ ਲੱਗਾ, ਗੋਪੇ ਪੱਖਾ ਵੀ ਲੱਗਾ ਨਾਲ, ਦੇਖਿਆ ਰੈਡੀਰੇਟਰ ਲੱਗਾ ਨਾਲ, ਵੀ ਗਰਮ ਨਾ ਹੋ ਜਾਵੇ। ਹੁਣ ਵਾਰੀ ਆ ਗਈ ਰਿਵਰਸ ਕੈਮਰੇ ਦੀ, ਆਹ ਚੈੱਕ ਕਰੋ ਅਤੇ ਪੁਰਾਣਾ ਚੈੱਕ ਕਰੋ, ਇਹਦਾ ਦਿਖਦਾ ਹੀ ਕੁਛ ਨਹੀਂ ਵਿੱਚੋਂ, ਅਤੇ ਆਹ ਲਾਉਣ ਲੱਗੇ ਹੁਣ, ਸਾਰਾ ਲੈਂਸ ਦਿਖਦਾ, ਦੇਖੋ ਇਹ ਭਾਊ ਜੀ ਹੋਣੀ ਜਮਾਂ ਹੀ ਹੋਏ ਪਏ ਡੱਲ। ਚਲੋ ਦੇਖੋ ਕਿੱਦਾਂ ਕਰਨ ਲੱਗੇ ਹੁਣ। ਬਾਬਾ ਜੀ ਅੰਨੀ ਕਰ ਰਹੀ, ਅੰਨੀ ਉਹ ਭੈਣ ਦੇਖਿਆ ਗੱਡੀ 'ਚ ਰਿਫਲੈਕਸ਼ਨ ਇਹਦੀ, ਬਾਕੀ ਰਾਤ ਨੂੰ ਦਿਖਾਊਂਗਾ ਸਿਸਟਮ, ਇੱਦਾਂ ਪਤਾ ਲੱਗਦਾ। ਉੱਧਰਲੀ ਲਾਈਟ ਦੇਖੋ ਕੁਛ ਵੀ ਨਹੀਂ, ਅੱਖਾਂ 'ਚ ਪੈਣ ਡਈ, ਲੋਕਾਂ ਨੂੰ ਔਖੇ ਕਰੂ ਇਹ, ਪੱਕੀ ਗੱਲ ਆ। ਲਓ ਬਾਬਾ ਜੀ ਆ ਗਿਆ ਬਾਹਰ, ਆ ਗਿਆ ਬਾਹਰ। ਅੱਛਾ ਆ ਮੈਂ ਮੈਟ ਆਹ ਬੜਾ ਲੱਭਦਾ ਸੀ, ਮੈਂ ਕਿਹਾ ਇਹ ਪਤਾ ਨਹੀਂ ਕਿੱਥੇ ਗਿਆ, ਅਤੇ ਅੱਛਾ ਥੱਲੇ ਰੱਖਿਆ ਹੋਇਆ ਸੀ ਕਿਸੇ ਨੇ, ਆਹ ਛੇਕ ਹੀ ਹੋਣਾ ਹੁੰਦਾ, ਹੋਰ ਗੱਲ ਕੋਈ ਨਹੀਂ ਆ। ਆਹ ਵੀ ਮੈਡਮ ਜੀ 6-7 ਮਹੀਨੇ ਨਿਕਲਣਾ, ਇਹਦੇ ਵਿੱਚ ਵੀ ਇੱਦਾਂ ਦਾ ਛੇਕ ਹੋਇਆ ਮਿਲਣਾ ਤੁਹਾਨੂੰ ਬਈ, 7-8 ਮਹੀਨੇ ਮੈਕਸੀਮਮ ਮੇਰਾ ਮੈਟ ਚੱਲਦਾ ਬਸ ਇੱਧਰ ਵਾਲਾ, ਬਾਕੀ ਤਾਂ ਚਲੋ ਭਾਵੇਂ ਮੈਂ 6-7 ਸਾਲ ਚਲਾ ਲਵਾਂ, ਇਹੀ ਇੱਕ ਚੱਲਣਾ ਹੁੰਦਾ ਬਸ ਐਜ਼ ਆਲਵੇਜ਼। ਲਓ ਬਾਬਾ ਜੀ ਫੋਗ ਲਾਈਟ ਦਾ ਵੀ ਡਿਫਰੈਂਸ ਦੇਖ ਲਓ, ਭੈਣ ਚੋਂ ਐਂਡ ਹੀ ਹੋਇਆ ਪਿਆ ਕੰਮ, ਇੱਧਰ ਦੇਖ ਲਓ ਅਤੇ ਅੱਖਾਂ ਮੂਹਰੇ ਨਹੀਂ ਰਹੀ ਜਾਂਦਾ, ਇੱਧਰ ਕੰਮ ਡੈਮੀ ਆ। ਚਲੋ ਦੇਖਦੇ ਹਾਂ ਨਾਈਟ ਪਰਫੋਰਮੈਂਸ ਚੈੱਕ ਕਰਦੇ ਹਾਂ ਕੀ ਆਉਂਦੀ ਅਤੇ ਕੀ। ਲਓ ਬਾਬਾ ਜੀ ਬਣ ਗਈ ਗੱਲਬਾਤ, ਔਲ ਰਾਈਟ, ਔਲ ਸੈੱਟ, ਔਲ ਸੈੱਟ, ਬਸ ਆਲਵੇ ਮਤਲਬ ਕੰਮ ਹੋ ਗਿਆ ਆਪਣਾ। ਮੈਨੂੰ ਲੱਗਦਾ ਹੁਣ ਆਪਣੀ ਉੱਧਰ ਐਨ ਵੀ ਹੋ ਗਈ ਹੋਊਗੀ ਰੈਡੀ, ਜ਼ਿਆਦਾ ਹੀ ਟਾਈਮ ਹੋ ਗਿਆ, ਆਪਾਂ 3 ਵਜੇ ਤੱਕ ਐਸਟੀਮੇਟ ਸੀ, 4:15 ਹੋ ਗਏ ਆ। ਅਤੇ ਲਓ ਬਾਬਾ ਜੀ ਆਪਾਂ ਗਏ ਨਿਕਲ ਇੱਥੋਂ, ਹਾਂਜੀ ਆਈ ਦਿੱਤਾ ਪਤੰਦਰਾ, ਅਤੇ ਆਲਮੋਸਟ ਹੋ ਗਿਆ 4:30, ਮੋਨ ਵੀ ਬੰਦ ਹੋ ਗਿਆ ਮੇਰਾ। ਹੈਲੋ 4:30 ਹੋ ਗਏ ਤਾਂ ਹੁਣ ਸਿੱਧਾ ਚੱਲੇ ਇੱਥੋਂ, ਏਜੰਸੀ ਏਜੰਸੀ ਹੈਗੀ ਇੱਥੋਂ ਸਿਰਫ 10 ਮਿੰਟਾਂ ਦਾ, ਬਾਲ ਮੇਰਿਆਂ 'ਤੇ ਨਾ ਜਾਇਓ ਕਿਰਪਾ ਕਰਕੇ, ਬੇਨਤੀ ਆ, ਮੈਂ ਉੱਥੇ ਹੀ ਕਹਿੰਦੇ ਚੱਲੇ। ਲਓ ਮਿੱਤਰੋ ਗੱਡਾ ਤਾਂ ਆਪਣਾ ਰੈਡੀ ਖੜਾ ਆ, ਆਹ ਖੜਾ ਆ ਝੋਟਾ ਤਾਂ ਰੈਡੀ ਖੜਾ, ਆਲ ਗੁੱਡ। ਇੱਕ ਇਹਦੇ ਸਕਰੈਚ ਪਿਆ ਸੀ ਉਹ ਦੇਖ ਲੈਣ ਦੋ, ਮਾੜਾ ਜਿਹਾ ਰਹਿ ਗਿਆ। ਚਲੋ ਚੱਲਦੇ ਹਾਂ। ਬਾਬਾ ਜੀ ਬੜੇ ਐਡਵਾਂਸ ਨਿਕਲੇ ਇਸ ਵਾਰੀ ਤਾਂ, ਕਹਿੰਦੇ ਗੇਟ ਪਾਸ ਵੀ ਕਟਾ ਕੇ ਵਿੱਚੇ ਰੱਖਿਆ ਹੋਇਆ ਆ, ਮੈਂ ਕਿਹਾ ਵਾਓ ਲੁਕਿੰਗ ਲਾਈਕ ਆ ਵਾਓ, ਕੰਮ ਉਹੀ ਕਰ ਸੁੱਟਿਆ, ਲੁਕਿੰਗ ਲਾਈਕ ਆ ਵਾਓ ਕਰ ਸੁੱਟਿਆ ਕੰਮ। ਚਲੋ ਦੇਖਦੇ ਹਾਂ ਵਿੱਚ ਪਿਆ ਕਿ ਨਹੀਂ।
ਆਹ ਪਿਆ ਮਿੱਤਰੋ, ਗੱਡੀ ਦੀ ਚਾਬੀ ਆ ਪਈ, ਗੇਟ ਪਾਸ ਆ ਪਿਆ, ਲੈ ਆਹ ਤਾਂ ਗੱਲ ਹੀ ਬਣ ਗਈ। ਮੈਂ ਕਿਹਾ ਚਲੋ ਚੱਲੀਏ, ਲੈਟ ਸੈਟ ਗੋ ਹੋਈਏ ਹੁਣ। ਕਿਆ ਬਾਤ ਹੈ, ਬੱਲੇ ਬੱਲੇ ਕਰਾਤੀ ਅੱਜ ਤੇ, ਕਸਰਾਂ ਹੀ ਕੱਢ ਛੁੱਟੀਆਂ। ਮੈਂ ਕਿਹਾ ਸਾਰੀਆਂ ਹੀ ਚਲੋ ਬਹੁ ਸਿਰੇ ਘਰ ਸੁੱਟੇ ਕੰਮ। ਅੱਜ ਆਪਣੀਆਂ ਦੋਨੇ 3666 ਆ, 0066 ਤੇ ਤੁਸੀਂ ਅਕਸਰ ਦੇਖਦੇ ਰਹਿੰਦੇ ਇਕੱਠੀਆਂ, 3666 ਕਦੇ ਕਦੇ ਦੇਖਦੇ ਆ ਨਾ। ਕੋਈ ਨਹੀਂ, ਹੁਣ ਤੁਹਾਨੂੰ 3666 ਹੀ ਜ਼ਿਆਦੀਆਂ ਦਿਖਾ ਦਿੰਦੇ ਹਾਂ। ਓਏ ਹੋਏ ਖੰਘ ਨੇ, ਆ ਫੜੋ ਯਾਰ ਕੋਟਿੰਗ ਸੀ। ਕੀ ਕਰੀ ਜਾਂਦੇ ਯਾਰ, ਐਡਾ ਕਿਹੜਾ ਵੈਨ ਚੋਂ ਕੰਮ ਹੋ ਗਿਆ, ਗੁੱਸਾ ਹੀ ਚੜਾ ਛੋੜਦੇ ਆ। ਇਤਨੀ ਵੀ ਕਿਆ ਸਿਕਿਉਰਿਟੀ ਹੋ ਗਈ ਰੇ ਬਾਬਾ, ਕਿੱਥੇ ਖੜਾ ਆਪਣਾ ਝੋਟਾ, ਉਹ ਖੜਾ ਆ ਜਾ ਆ ਜਾ ਆ ਜਾ। ਦੋਨਾਂ ਦਾ ਹੁਣ ਇੱਕ ਹੀ ਸ਼ੋਟ ਜਿਹਾ ਲਈਏ, ਘੈਂਟ ਦੋਨੇ 3666 ਸਿਉਂ। ਥੋੜੀ ਪਛਾਣ ਕਰੀ ਫੋਟੋ।